ਅਸੀਂ ਪਿੰਡ ਰੱਲਾ ਤੋਂ ਬੋਲ ਰਹੇ ਹਾਂ, ਜਿਹੜਾ ਮਾਨਸਾ। ਅਸੀਂ ਨਾਇਬ ਸਿੰਘ ਗੁਰਨਾਮ ਸਿੰਘ ਦਾ ਉਹਦੀ ਮੋਟਰ 'ਤੇ ਖੜ੍ਹੇ ਹਾਂ ਇਸ ਵਕਤ। ਨਾਇਬ ਸਿੰਘ ਦੀ ਮੋਟਰ 'ਤੇ ਕਿਸੇ ਨੇ ਗ੍ਰਿਪਾਂ ਦੇ ਵਿੱਚ ਤਾਰ ਲਾ ਕੇ ਅਰਲ ਕੁੰਡੇ ਦਾ ਅਰਲ ਨਾਲ ਆਈ ਪਈ ਆ। ਕਿਸੇ ਨੇ ਕੋਈ ਦੁਸ਼ਮਣੀ ਹੈ ਤਾਂ ਉਹ ਸਿੱਧੀ ਦੁਸ਼ਮਣੀ ਦੇਖੇ, ਉਹਦੇ ਨਾਲ ਦੇਖੇ ਦੇਖਣਾ ਵੀ ਇਸ ਤਰ੍ਹਾਂ ਕਿਸੇ ਦਾ ਘਰ ਪੱਟ ਕੇ ਜਾਂ ਕਿਸੇ ਦਾ ਬੰਦਾ ਮਾਰ ਕੇ ਮਾੜੀ ਗੱਲ ਹੈ। ਅਤੇ ਇਹ ਗੱਲ ਬਹੁਤ ਮਾੜੀ ਹੈ ਜੇ ਬੰਦਾ ਇਸ ਤਰ੍ਹਾਂ ਦਾ ਕਰਦਾ ਫੜਿਆ ਗਿਆ ਦੇਖ ਲਿਆ ਜਾਂ ਕਿਸੇ ਨੇ ਹੋਰ ਦੇ ਵੀ ਇਹ ਹਰਕਤ ਕੀਤੀ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ। ਆਹ ਮੁੰਡੇ ਨੂੰ ਕਰੰਟ ਮਾਰਿਆ ਤੜਕੇ ਆ ਕੇ ਜਦੋਂ ਆਹ ਅਰਲ ਖੋਲੀ ਇਸ ਵਕਤ ਮੁੰਡੇ ਦਾ ਨਾਮ ਆਪਣਾ ਕੀ ਨਾਮ ਸੁਖਪ੍ਰੀਤ ਨੈਬ ਸਿੰਘ ਦਾ ਮੁੰਡਾ ਹੈਗਾ। ਇਹਨੇ ਆ ਕੇ ਜਦੋਂ ਅਰਲ ਖੋਲੀ ਕਰੰਟ ਮਾਰਿਆ ਤਾਂ ਕੁਦਰਤੀ ਤਾਕਤੇ ਨਾਲ ਹੱਥ ਲੱਗਣ ਕਰਕੇ ਇਹ ਬਚ ਕਰੇਗੀ। ਪੈਰਾਂ 'ਚ ਚੱਪਲਾਂ ਬੰਨੀਆਂ ਹੋਈਆਂ ਸੀਗੀਆਂ। ਵੀ ਜੇ ਕਿਸੇ ਦੀ ਦੁਸ਼ਮਣੀ ਆ ਸਿੱਧਾ ਦੇਖੋ, ਇਸ ਤਰ੍ਹਾਂ ਦੁਸ਼ਮਣੀਆਂ ਨਾ ਕੱਢੋ, ਕਿਸੇ ਦਾ ਘਰ ਨਾ ਪੱਟੋ। ਇਹ ਬਹੁਤ ਮਾੜੀ ਗੱਲ ਹੈ ਕਿਸੇ ਦੀ ਕਹੋ ਕਰਨਾ।